بسم اللہ الرحمن الرحیم السلام علیکم جی تمام ਕਿਸਾਨ ਭਰਾਵਾਂ ਨੂੰ ਤੇ ਜੀ ਆਇਆਂ ਨੂੰ ਸਾਡੇ YouTube ਚੈਨਲ ਤੇ ਅੱਜ ਜਿਸ ਮوضوع ਤੇ ਅਸੀਂ ਗੱਲਬਾਤ ਕਰਾਂਗੇ ਕਰਨ ਲੱਗੇ ਆਂ ਸਾਂਝ ਕਰਾਂਗੇ ਉਹ ਵਿਤ ਤਿਲਾਂ ਦਾ ਤੇਲ ਤਿਲਾਂ ਦੇ ਤੇਲ ਦੀ ਖਸੂਸੀਅਤ ਜਿਹੜੀ ਹੈ ਉਹ ਤੁਹਾਡੇ ਨਾਲ ਇਨਸ਼ਾਅੱਲਾ ਤਾਲਾਸੀਂ ਡਿਸਕਸ ਕਰਨੇ ਆਂ ਇਸ ਬਨੈਦੀ ਤੌਰ ਤੇ ਤਿਲਾਂ ਦੇ ਤੇਲ ਨੂੰ ਇਸਤੇਮਾਲ ਕਰਨੇ ਆਂ ਠੰਡ ਤੋਂ ਡੰਗਰਾਂ ਨੂੰ ਬਚਾਉਣ ਵਾਸਤੇ ਸਰਦੀ ਤੋਂ ਬਚਾਉਣ ਵਾਸਤੇ ਠੀਕ ਹੈ ਤੇ ਸਰਦੀਆਂ ਦੇ ਵਿੱਚ ਇਸਤੇਮਾਲ ਕਰਨਿਆ ਦੁੱਧ ਦੀ ਪੈਦਾਵਾਰ متاثر ਨਾ ਹੋਵੇ ਤੇ ਜਾਨਵਰ ਨੂੰ એનર્ਜੀ ਮਿਲਦੀ ਰਹੇ ਤਾਕਤ ਮਿਲਦੀ ਰਹੇ ਤੇ ਉਹ ਠੰਡ ਤੋਂ ਵੀ ਬਚਿਆ ਰਹੇ ਤੇ ਦੁੱਧ ਦੀ ਮਕਦਾਰ ਵੀ ਨਾ ਕਟੇ ਨਾ ਕਟੇ ਲੇਕਿਨ ਇਹਦੇ ਚ ਇੱਕ ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਖੂਬੀ ਏ ਜਿਹੜੀ ਸਾਬਤशुदा ਪ੍ਰੂਫशुदा ਖੂਬੀ ਏ ਜੇ ਤੇ ਅਸੀਂ ਗੌਰ ਨਹੀਂ ਕਰਦੇ ਉਹ ਇਹ ਵੇ ਕਿ ਇਹ ਜਿਹੜਾ ਤਿਲਾਂ ਦਾ ਤੇਲ ਏ ਇਹ ਜਿਹੜਾ ਇੱਕ ਤੇ ਐਂਟੀਆਕਸੀਡੈਂਟ ਏ ਇਹ ਜ਼ਹਿਰੀਲੇ ਜਿੰਨੇ ਵੀ ਜ਼ਾਣ ਨੇ ਜਿਸਮ ਦੇ ਵਿੱਚ ਬਾਡੀ ਦੇ ਵਿੱਚ ਉਹਨਾਂ ਨੂੰ ਗੋਬਰ ਦੇ ਰਸਤੇ ਪਿਸ਼ਾਬ ਦੇ ਰਸਤੇ ਖਾਰੇ ਕਰਨ ਚ ਮਦਦ ਦਿੰਦਾ ਐਂਟੀਆਕਸੀਡੈਂਟ ਹੈਗਾ ਦੂਸਰਾ ਇਹਦੇ ਚ ਵਿਟਾਮਿਨ ਈ ਜਿਹੜਾ ਬਹੁਤ ਜ਼ਿਆਦਾ ਮਕਦਾਰ ਚ ਪਿਆ ਜਾਂਦਾ ਠੀਕ ਹੈ ਜੀ ਤੇ ਵਿਟਾਮਿਨ ਈ ਜਿਸ ਤਰ੍ਹਾਂ ਕਿ ਅਕਸਰ ਕਿਸਾਨਾਂ ਨੂੰ ਪਤਾ ਹੋਏਗਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਦੱਸ ਦੱਸ ਦੇ ਦਿੰਨੇ ਆ ਕਿ ਇਹ ਜਿਹੜਾ ਜਾਨਵਰ ਹੈ ਉਹਦੇ ਰੀਪਰੋਡਕਟਿਵ ਸਿਸਟਮ ਨਿਜ਼ਾਮ-ਏ-ਤਲীদ ਜਿਹੜਾ ਯਾਨੀ ਕਿ ਉਹ ਬੱਚਾਦਾਨੀ ਤੇ ਨਰ ਮਾਦਾ ਦਾ ਜਿਹੜਾ ਮਲਾਪ ਬੱਚਾਦਾਨੀ ਜਿਹੜੀ ਤੇ ਨਰ ਦੇ ਆਪਣੇ ਜਿਹੜੇ ਅਕਸੂਸੀਅਤ ਨੇ ਤੇ ਮਾਦਾ ਦੀ ਅਕਸੂਸੀਅਤ ਉਹ ਜਿਹੜੀਆਂ ਉਹਨੀਆਂ ਰਿਪਰੋਡਕਟਿਵ ਸਿਸਟਮ ਬੱਚਾ ਬਣੰਦਾ ਜਿਹੜਾ ਸਾਰਾ ਨਿਜ਼ਾਮ ਹੈ ਉਹ ਉਹਦੇ ਆਸਤੇ ਬਹੁਤ ਬਿਹਤਰੀਨ ਗੁذاء ਵੇ ਬਿਹਤਰੀਨ ਜਿਹੜਾ ਇੱਕ ਟਾਣਾ ਕਿ ਆਖ ਲੋ ਗੁذاء ਆਖ ਲੋ ਬਿਹਤਰੀਨ ਦਵਾਈ ਆਖ ਲੋ ਸਾਡੇ ਅਕਸਰ ਜਿਹੜੇ ਜਾਨਵਰ ਨੇ ਅਸੀਂ ਵੇਨਿਆ ਕਿ ਉਹ ਗੱਭਨ ਨਹੀਂ ਹੁੰਦੇ ਠੀਕ ਹੈ ਬੋਲਦੇ ਨਹੀਂ ਕਿ ਨਵੇਂ ਦੁੱਧ ਨਹੀਂ ਹੁੰਦੇ ਗੱਭਨ ਨਹੀਂ ਹੁੰਦੇ ਬੋਲਦੇ ਨਹੀਂਗੇ ਉਹ ਉਹਨਾਂ ਦੀ ਬੁਨਿਆਦੀ ਵਜ੍ਹਾ ਕੀ ਹੁੰਦੀ ਏ ਉਹਦੇ ਆਂਦੇ ਨਿਜ਼ਾਮੇ ਤਲੀਦ ਜਿਹੜਾ ਜੀ ਉਹ متاثر ਹੋ ਜਾਂਦਾ ਠੀਕ ਹੈ ਜੀ ਉਹ ਨਿਜ਼ਾਮੇ ਤਲੀਦ ਜੋ متاثر ਹੋ ਜਾਂਦਾ ਇਸ ਵਜ੍ਹਾ ਤੋਂ ਜਾਨਵਰ ਸਾਡੇ ਕਬਰ ਨਹੀਂ ਹੁੰਦੇ ਖਲੋਂਦੇ ਨਹੀਂਗੇ ਠਹਿਰਦੇ ਨਹੀਂ ਉਹਦੇ ਆਸਤੇ ਉਹ ਜਿਹੜਾ ਇਹ ਤਿਲਾਂ ਦਾ ਤੇਲ ਇੱਕ ਦਵਾਈ ਦੀ ਅਸਰਤ ਰੱਖਦਾ ਕਿਉਂਕਿ ਇਹਦੇ ਵਿੱਚ ਵਿਟਾਮਿਨ ਈ ਏ ਤੇ ਵਿਟਾਮਿਨ ਈ ਜਿਹੜਾ ਉਹ ਰੀਪਰੋਡਕਟਿਵ ਸਿਸਟਮ ਵਾਸਤੇ ਬੱਚਾਦਾਨੀ ਜਿਹੜੀ ਇਹ ਉਹਦੇ ਆਸਤੇ ਜਿਹੜਾ ਔਰ ਈਵਨ ਜਿਹੜਾ ਸੰਡਾ-ਸੁੰਡਾ ਸਾਡਾ ਹੁੰਦਾ ਇਹਦੇ ਆਸਤੇ ਵੀ ਜਾਂ ਝੋਟੇ ਛੋਟਾ ਸੰਡਾ ਟੱਗਾ ਇਹਦੇ ਆਸਤੇ ਵੀ ਜਿਹੜਾ ਤੋਂ ਮਲਾਪ ਆਸਤੇ ਰੱਖਿਆ ਇਹਦੇ ਆਸਤੇ ਵੀ ਵਾਟਮਨ ਈ ਜ਼ਰੂਰੀ ਹੁੰਦਾ ਤੇ ਜਿਹੜਾ ਮਾਦਾ ਹੁੰਦੀ ਏ ਸਾਡੀ ਗਾਂ ਮੱਝ ਠੀਕ ਹੈ ਉਹਦੇ ਆਸਤੇ ਵਾਟਮਨ ਈ ਬਹੁਤ ਜ਼ਰੂਰੀ ਹੁੰਦਾ ਵਾਟਮਨ ਈ ਜਿਹੜਾ ਇਹ ਮੱਝ ਆਸਤੇ ਉਹਦੀ ਬੱਚਾਦਾਨੀ ਦੀ ਸਿਹਤ ਨੂੰ ਬਿਹਤਰ ਕਰਦਾ ਬੱਚਾਦਾਨੀ ਦੀ ਸਿਹਤ ਜਿਹੜੀ ਏ ਉਹਦੇ ਨਾਲ ਬਰਕਰਾਰ ਰਹਿੰਦੀ ਏ ਬਲਕਿ ਜੇ ਬੱਚਾਦਾਨੀ ਦੇ ਵਿੱਚ ਕੁਝ ਛੋਟੀ ਮੋਟੀ ਗੜਬੜ ਵੀ ਹੋਵੇ ਉਹਨੂੰ ਵੀ ਇਹ ਦਰੁਸਤ ਕਰ ਦਿੰਦਾ ਇਹ ਉਹਦੀ ਨਿਜ਼ਾਮ ਨੂੰ ਬਿਹਤਰ ਕਰ ਦਿੰਦਾ ਜਿਹੜਾ ਤੁਹਾਡੇ ਤੇ ਜਿਹੜਾ ਤੁਹਾਡਾ ਜਾਨਵਰ ਗੱਭਣ ਨਹੀਂ ਹੁੰਦਾ ਉਹ ਨਹੀਂ ਬੋਲਦਾ ਉਹਨੂੰ ਵੀ ਤੁਸੀਂ ਤਿਲਾਂ ਦਾ ਤੇਲ ਦਿਓ ਤੇ ਇਨਸ਼ਾਅੱਲਾਹ ਤਾਲਾ ਉਹ ਬੋਲ ਪੈਗਾ ਗੱਭਣ ਵੀ ਹੋ ਜਾਏਗਾ ਤੇ ਠਹਿਰ ਵੀ ਜਾਏਗਾ ਜਿਹੜੇ ਉਹਦੇ ਛੋਟੇ ਮੋਟੇ ਮਸਾਇਲ ਹੋਣਗੇ ਆਪਣਾ ਬੱਚਾਦਾਨੀ ਦੇ ਉਹ ਵੀ ਤੇ ਲੰਦੇ ਤੇ ਨਾਲ ਹੱਲ ਹੋ ਜਾਣਗੇ ਠੀਕ ਹੈ ਜੀ ਤੇ ਇਹ ਦੇ ਚ ਇੱਕ ਬਹੁਤ ਵੱਡੀ ਖੂਬੀ ਹੈ ਜਿਹਦਾ ਆਮ ਕਿਸਾਨਾਂ ਨੂੰ ilm ਨਹੀਂ ਤੇ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਇਹ ਇੱਕ ਪੜ੍ਹੀ ਲਿਖੀ ਅਸੀਂ ਸਰਚ ਬੇਸ ਗੱਲ ਤੁਹਾਡੇ ਨਾਲ ਪੇ ਕਰਨੇ ਆ ਕਿ ਇਹ ਵਿਟਾਮਿਨ E ਇਹਦੇ ਬਹੁਤ ਜ਼ਿਆਦਾ ਮਾਤਰਾ ਹੈ ਜਿਹੜਾ ਬੱਚਾਦਾਨੀ ਆਸਤੇ ਬਹੁਤ ਬਿਹਤਰ ਤੇ ਇਹਦੇ ਇਸਤੇਮਾਲ ਕੀਤਾ ਬੱਚਾਦਾਨੀ ਦੇ ਮਸਾਇਲ ਤੇ ਕਾਬੂ ਪਾਇਆ ਜਾ ਸਕਦਾ ਤੇ ਜਨਵਰ ਜਿਹੜੇ ਹੀਟ ਚ ਨਹੀਂ ਆਉਂਦੇ ਉਹ ਨਹੀਂ ਬੋਲਦੇ ਹੀਟ ਚ ਨਹੀਂ ਆਉਂਦੇ ਉਹ ਹੀਟ ਚ ਵੀ ਆ ਜਾਂਦੇ ਨੇ ਤੇ ਗੱਬਨ ਵੀ ਹੋ ਜਾਨਦਾਨ ਨੇ ਇਸ ਤੋਂ ਇਲਾਵਾ ਇਹਦੇ ਚੋ ਮੈਗਾ 3 ਹੈ ਜਿਹਨੂੰ ਹਜ਼ੀਆ ਆਰਮਜ਼ ਬਾਚ ਵਿਟਾਮਿਨ ਏ ਦੀ ਆਖਦੇ ਨੇ ਆ ਇਹ ਵੀ ਜਾਨਵਰ ਦੀ ਸਿਹਤ ਵਾਸਤੇ ਜਿਹੜਾ ਨਾ ਜੀ ਉਹ ਬਹੁਤ ਅੱਛਾ ਹੋਵੇ ਤੇ ਇਹਦੇ ਇਸਤੇਮਾਲ ਨਾਲ ਜਾਨਵਰ ਦੇ ਵਿੱਚ ਵਿੱਚ ਵਿਟਾਮਿਨ ਦੀ ਵੀ ਕਮੀ ਪੂਰੀ ਹੋ ਜਾਂਦੀ ਹੈ ਜਿਲਦ ਵੀ ਚਮਕਦਾਰ ਹੋ ਜਾਂਦੀ ਤੇ ਜਾਨਵਰ ਤੇ ਤਾਕਤ ਵੀ ਆ ਜਾਂਦੀ ਹੈ ਇਹ ਖਾਸ ਤੌਰ ਤੇ ਬਾਜ਼ੂਕਾਸ ਠੰਡ ਦੇ ਵਿੱਚ ਜਿਹੜੇ ਜਾਨਵਰ ਬਹਿ ਜਾਂਦੇ ਨੇ ਉੱਠਦੇ ਨਹੀਂਗੇ ਉਹਨਾਂ ਨੂੰ ਵੀ ਤੂੰ ਉਹਨਾਂ ਦੀ ਸਿਹਤ ਵਾਸਤੇ ਬਹੁਤ ਅੱਛਾ ਹੋਵੇ ਉਹਨਾਂ ਦੀ ਇਨਸ਼ਾ ਅੱਲਾਹ ਤਾਲਾ ਤੁਸੀਂ ਇਸਤੇਮਾਲ ਕਰਾਓਗੇ ਤੁਹਾਡਾ ਜਨਵਰ ਕੋਈ ਬਹਿ ਗਿਆ ਉਹ ਇਨਸ਼ਾ ਅੱਲਾਹ ਤਾਲਾ ਚੰਨ ਦਿਨ ਦੇ ਇਸਤੇਮਾਲ ਤੋਂ ਬਾਅਦ ਤੁਸੀਂ ਵੇਖੋਗੇ ਉਹਦੇ ਬਿਹਤਰੀ ਆਏਗੀ ਤੇ ਜਨਵਰ ਆਪਣੀਆਂ ਲਤਾਂ ਤੇ ਖੜਾ ਹੋਣ ਲੱਗ ਪਏਗਾ ਠੀਕ ਹੈ ਜੀ ਇਹਦੀ ਤੁਸੀਂ ਹੁਣ ਤੁਹਾਨੂੰ ਦੱਸ ਦਿਆਂ ਮਕਦਾਰ ਕਿੰਨੀ ਕੁ ਦੇ ਸਕਦੇ ਹੋ ਤੁਸੀਂ ਜ਼ਿਆਦਾ ਮਕਦਾਰ ਚ ਨਹੀਂ ਦੇਣਾ ਕਿਉਂਕਿ ਤੇਲ ਕੋਈ ਵੀ ਤੇਲ ਹੈ ਉਹ ਜ਼ਿਆਦਾ ਮਕਦਾਰ ਚ ਦਈਏ ਤੇ ਉਹ ਇੱਕ ਨਿਮਣ ਤੱਕ ਹਜ਼ਮ ਹੁੰਦਾ ਉਸ ਤੋਂ ਜ਼ਿਆਦਾ ਮਕਦਾਰ ਜਿਹੜੀ ਗੋਬਰ ਦੇ ਰਸਤੇ ਖਾਰਜ ਹੋ ਜਾਂਦੀ ਹੈ ਤੇ ਜੇ ਜ਼ਿਆਦਾ ਦਈਏ ਤੇ ਫਿਰ ਨਿਜ਼ਾਮੇ ਇਨ ਹਜ਼ਾਮ ਦੇ ਵਿੱਚ ਵੀ ਕੋਈ ਵੀ ਤੇਲ ਸਰੋਂ ਦਾ ਜਾਂ ਤਿਲਾਂ ਦਾ ਜਾਂ ਤੁਸੀਂ ਤਾਰੇ ਮੀਰੇ ਦਾ ਤੇਲ ਦੇਂਦੇ ਹੋ ਕੋਈ ਵੀ ਜਾਂ ਘਿਓੜ ਦੇਂਦੇ ਹੋ ਡਾਲਟਾ ਦੇਂਦੇ ਹੋ ਦੇਸੀ ਦੇਂਦੇ ਹੋ ਜ਼ਰੂਰ ਤੋਂ ਜ਼ਿਆਦਾ ਜਦੋਂ ਵੀ ਦਿਓਗੇ ਉਹ ਜ਼ਾਇਆ ਹੋਏਗਾ ਤੇ ਦੂਸਰਾ ਨਿਜ਼ਾਮੇ ਇਨ ਹਜ਼ਾਮ ਜਿਹੜਾ ਜਾਨਵਰ ਦਾ ਉਹ ਜਿਹੜੀ ਦਾ ਅਦਰ ਜਿਹੜਾ ਸਿਸਟਮ ਹੈ ਖਰਾਕ ਹਜ਼ਮ ਕਰਨ ਦਾ ਉਹਨੂੰ ਵੀ ਮਤਾਸਰ ਕਰਦਾ ਇਸ ਵਾਸਤੇ ਇੱਕ ਮਨਾਸਬ ਮਕਦਾਰ ਜਿਹੜੀ ਉਹ ਜਾਨਵਰ ਨੂੰ ਤੁਸੀਂ ਤਿਲਾਂ ਤੇ ਤੇਲ ਦੀ ਦੇਣੀ ਚਾਹੀਦੀ ਹੈ ਠੀਕ ਹੈ ਤੋ 100 ਗ੍ਰਾਮ ਤੋਂ ਲੈ ਕੇ 150 ਗ੍ਰਾਮ ਤੱਕ ਤੁਸੀਂ ਰੋਜ਼ਾਨਾ ਦੀ ਬੁਨਿਆਦ ਤੇ ਜਾਨਵਰ ਨੂੰ ਨਾ ਤਿਲਾਂ ਦਾ ਤੇਲ ਦੇ ਸਕਦੇ ਹੋ ਵੱਡੇ ਜਾਨਵਰ ਨੂੰ ਠੀਕ ਹੈ ਜੀ ਤੇ ਉਹ ਜੋ 100 ਤੋਂ ਲੈ ਕੇ 150 ਗ੍ਰਾਮ ਤੱਕ ਤਿਲਾਂ ਦਾ ਤੇਲ ਦਿਓਗੇ ਇਹ ਦੁੱਧ ਦੀ ਜੇ ਆਸਤੇ ਪੈਦਾਵਾਰ ਸਸ ਦੇਣਦਾ ਤੇ ਉਹਦੇ ਚ ਵੀ ਬਿਹਤਰੀ ਲਿਆਏਗਾ ਜੇ ਤੁਸੀਂ ਬੱਚਾ ਦਾਣੀ ਦੀਆਂ ਤੇ ਆਪਣਾ ਮਸਾਇਲ ਆਸਤੇ ਦੇ ਰਿਹਾ ਤੇ ਉਹਦੇ ਚ ਵੀ ਬਿਹਤਰੀ ਆਏਗੀ ਤੇ ਜਾਨਵਰ ਤੁਹਾਡਾ ਹੀਟ ਚ ਆ ਕੇ ਗੱਪਣ ਵੀ ਹੋ ਜਾਏਗਾ ਇਨਸ਼ਾ ਅੱਲਾਹ ਤੇ ਜੇ ਕੋ ਤੁਹਾਡੀ ਛੋਟੀ ਹੀ ਫਰੇ ਕੋ ਕਟਾ ਕਟਿਏ ਬਚਾਵਚੀਏ ਤੋਂ ਉਹਨੂੰ ਜਿਸਮਾਨੀ ਵਜ਼ਨ ਦੇ ਸਾਹਬ ਨਾਲ ਤੁਸੀਂ ਦੇ ਸਕਦੇ ਹੋ ਬਹੁਤ ਛੋਟੇ ਆ ਤੇ ਉਹਨਾਂ ਨੂੰ 20 ਗ੍ਰਾਮ ਰੋਜ਼ਾਨਾ ਦੀ ਬੁਨਿਆਦ ਤੇ ਦੇ ਦਿਓ ਤੇ ਜਿਹੜੇ ਕੋਈ ਦਰਮਿਆਨੇ ਨੇ ਜਾਂ ਵੱਡੇ ਨੇ ਜਾਂ ਬੋਲੰਦੇ ਨਵੇਂ ਦੁੱਧ ਹੋਣ ਦੇ ਕਾਬਲ ਹੋ ਗਏ ਨੇ ਠੀਕ ਹੈ ਉਹਨਾਂ ਨੂੰ ਤੁਸੀਂ 100 ਗ੍ਰਾਮ ਤੱਕ ਦੇ ਸਕਦੇ ਹੋ ਠੀਕ ਹੈ ਜੀ ਤੇ ਇਹ ਜਿਹੜਾ ਤੁਸੀਂ ਤਿਲਾਂ ਦਾ ਤੇਲ ਦੇਣਾ ਇਹ ਤੁਸੀਂ ਡਾਇਰੈਕਟ ਨਾ ਦਿਓ ਨਾਲ ਦੇ ذریعے ਨਾ ਦਿਓ ਬਲਕਿ ਇਹਨੂੰ ਤੁਸੀਂ ਚੋਖਰ ਦੇ ਵਿੱਚ ਮਿਕਸ ਕਰਕੇ ਦੇ ਦਿਓ ਵੰਡੇ ਵਿੱਚ ਮਿਕਸ ਕਰਕੇ ਦਿਓ ਇਹਾਂ ਚੋਕਰ ਚ ਮਿਕਸ ਕਰਕੇ ਦਿਓ ਤੇ ਦੂਸਰਾ ਇਹਨੂੰ ਸਵੇਰੇ ਸਵੇਰੇ ਬਿਲਕੁਲ ਨਹੀਂ ਦੇਣਾ ਠੀਕ ਹੈ ਜੀ ਸਵੇਰੇ ਸਵੇਰੇ ਨਹੀਂ ਦੇਣਾ ਇਹਨੂੰ ਕੋਸ਼ਿਸ਼ ਕਰੋ ਕਿ ਜਿਉਂ ਧੁੰਦ ਲੈ ਜਾਏ ਠੀਕ ਹੈ ਕੋਈ ਹਲਕਾ ਜਿਹਾ ਸੂਰਜ ਨਿਕਲ ਆਵੇ ਧੁੰਦ ਲੈ ਜਾਏ ਜਾਂ ਸਰਦੀ ਦੀ ਥੋੜੀ شدت ਜਿਹੜੀ ਹੈ ਧੁੰਦ ਲੈ ਜਾਏ ਜਿਉਂ ਉਦੋਂ ਇਹਨੂੰ ਇਸਤੇਮਾਲ ਕਰਾਓ ਥੋੜਾ ਜਿਹਾ ਜਿਉਂ ਦਿਨ ਚੜਾਵੇ ਇਹਨੂੰ ਉਦੋਂ ਇਸਤੇਮਾਲ ਕਰਾਉਣਾ ਚਾਹੀਦਾ ਤੇ ਇਹ ਜੜਾ ਜੀ ਇਨਸ਼ਾ ਅੱਲਾਹ ਤਾਲਾ ਤੁਸੀਂ ਇਹ ਕਰਾਓਗੇ ਤੇ ਇਹ ਦਿਨ ਦੇ ਟਾਈਮ ਇਸਤਮਾਲ ਕਰੋ ਰਾਤ ਨੂੰ ਵੀ ਇਸਤਮਾਲ ਨਹੀਂ ਕਰਾਉਣਾ ਚਾਹੀਦਾ ਤਾਂ ਕਿ ਡੰਗਰ ਜਿਉਂ ਦਿਨੇ ਜਿਉਂ ਇਸਤਮਾਲ ਕਰੇ ਉਸ ਤੋਂ ਬਾਅਦ ਡੰਗਰੇ ਕਰ ਜਗਾਲੀ ਕਰ ਲਵੇ ਤੇ ਉਸ ਤੋਂ ਬਾਅਦ ਹਜ਼ਮ ਹੋ ਜਾਂਦਾ ਠੀਕ ਹੈ ਜੀ ਇਹਾਸਤੇ ਜੜਾ ਤਿਲਾਂ ਦਾ ਤੇਲ ਉਹਨੂੰ ਹਮੇਸ਼ਾ ਦਿਨ ਦੇ ਟਾਈਮ ਇਸਤਮਾਲ ਕਰੋ ਤੇ ਕੋਈ 11-12 ਵਜੇ ਦੇ ਕਰੀਬ ਜਿਉਂ ਤੁਸੀਂ ਸਵੇਰ ਦੇ ਪੱਠੇ ਖਵਾ ਲੈਂਦੇ ਹੋ ਉਸ ਤੋਂ ਬਾਅਦ ਤੁਸੀਂ ਪਾਣੀ ਵਹਾ ਕੇ ਤੇ ਕੋਈ ਥੋੜਾ ਵੰਡੇ ਚ ਪਾ ਕੇ ਇਹ ਜਨਵਰ ਨੂੰ ਦੇ ਦਿਓ ਜਨਵਰਾਂ ਵਾਚ ਨੂੰ ਬੈਕੇ ਜਗਾਲੀ ਕਰਕੇ ਹਜ਼ਮ ਕਰ ਲੈ ਇਹ ਸੀ ਤੁਹਾਡੇ ਤੇ ਬਣਾਈ ਦੀ ਇਨਫੋਰਮੇਸ਼ਨ ਜਿਹੜੀ ਅਸੀਂ ਤੁਹਾਡੇ ਨਾਲ ਤਿਲਾਂ ਦੇ ਤੇਲ ਦੀ ਸ਼ੇਅਰ ਕੀਤੀ ਤੇ ਤੇ ਸਾਡਾ ਯਕੀਨ ਹੈ ਕਿ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਕਦੀ ਜ਼ਿਆਦਾਤਰ ਤੁਹਾਡੇ ਨਾਲ ਜਿਹੜੀ ਲੋਕ ਸ਼ੇਅਰ ਕਰਦੇ ਨੇ ਉਹ ਇਤੇ ਕਿ ਸਰਦੀ ਆਸਤੇ ਚੰਗਾ ਲੇਕਿਨ ਰੀਪਰੋਡਕਟਿਵ ਸਿਸਟਮ ਆਸਤੇ ਜਿਹੜੇ ਇਹ ਉਮੀਦ ਹੈ ਕਿ ਅੱਗੇ ਤੁਸਾਂ ਕਾਟ ਹੀ ਸੁਣੀ ਹੋਏਗੀ ਤੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਨਾ ਜੇ ਤੁਹਾਨੂੰ ਚੰਗੀ ਲੱਗੀ ਹੋ ਤੇ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਬੈਲਟ ਆ ਬਟਨ ਦਬਾਉਤਾ ਕਿ ਹਰਾਉਣ ਵਾਲੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਜਾਏ ਤੁਹਾਡੇ ਪਿਆਰ ਦਾ ਵਕਤ ਦੇਣ ਦਾ ਬਹੁਤ ਸ਼ੁਕਰੀਆ ਜੀ ਅਸਲਾਮੁਅਲੈਕਮ